ਕ੍ਰਿਸਚਨ ਕਾਲਜ ਦੇ ਜੋ ਅਟੈਕ ਹੋਇਆ ਸੀ ਉਸ ਮਸਲੇ ਨੂੰ ਲੈ ਕੇ ਕ੍ਰਿਸਚਨ ਸਮਾਜ ਦੇ ਕੌਮੀ ਚੇਅਰਮੈਨ ਪਾਸਟਰ ਉਲਫਤ ਰਾਜ ਅਤੇ ਹੀਰਾ ਮਸੀਹ ਜੀ ਅਤੇ ਹੋਰ ਵੀ ਕ੍ਰਿਸਚਨ ਸਮਾਜ ਦੇ ਅਤੇ ਕ੍ਰਿਸਚਨ ਸਮਾਜ ਦੇ ਹੋਰ ਵੀ ਨੁਮਾਇੰਦੇ ਭਾਰੀ ਤਾਦਾਦ ਦੇ ਵਿੱਚ ਕੱਲ੍ਹ ਡੀ ਸੀ ਸਾਹਿਬ ਨੂੰ ਮੰਗ ਪੱਤਰ ਦੇਣ ਲਈ ਉਹਨਾਂ ਦੇ ਦਫ਼ਤਰ ਪਹੁੰਚੇ। ਮੈਂ ਰੈਵਰੰਡ ਉਲਫਤ ਰਾਜ, ਕੌਮੀ ਚੇਅਰਮੈਨ ਕ੍ਰਿਸਚਨ ਪੀਸ ਕੌਂਸਲ ਆਫ ਇੰਡੀਆ, ਅੱਜ ਡੀ ਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਕਿ ਬੇਰੰਗ ਯੂਨੀਅਨ ਕ੍ਰਿਸਚਨ ਕਾਲਜ ਬਟਾਲਾ ਦੀ ਗਰਾਊਂਡ ਦੇ ਵਿਖੇ ਕੁਛ ਸ਼ਰਾਰਤੀ ਬੰਦੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਗਰਾਊਂਡ ਦੇ ਵਿੱਚ ਦੀ ਸੜਕ ਕੱਢਣਾ ਚਾਹੁੰਦੇ ਆ। ਸਮੁੱਚਾ ਮਸੀਹ ਭਾਈਚਾਰਾ ਇਸ ਗੱਲ ਦੀ ਵਿਰੋਧਤਾ ਕਰਦਾ ਹੈ, ਸਰਕਾਰ ਤੋਂ ਮੰਗ ਕਰਦਾ ਆ ਕੁਛ ਭੂ ਮਾਫੀਆ ਦੀ ਵਧਾ ਨਾ, ਜੋ ਵੀ ਉਸ ਜਗ੍ਹਾ 'ਤੇ ਕਾਲਜ ਦੀ ਗਰਾਊਂਡ ਦੇ ਵਿੱਚ ਦੀ ਸੜਕ ਕੱਢਣਾ ਚਾਹੁੰਦੇ ਆ, ਇਹ ਨਹੀਂ ਹੋਣਾ ਚਾਹੀਦਾ। ਜੇ ਪ੍ਰਸ਼ਾਸਨ ਨੇ ਸਾਡੀ ਇਸ ਮੰਗ ਨੂੰ ਜੋ ਇਸ ਅੱਜ ਅਸੀਂ ਡੀ ਸੀ ਸਾਹਿਬ ਨੂੰ ਵੀ ਪੰਜਾਬ ਸਰਕਾਰ ਨੂੰ ਭੇਜੀ ਨਹੀਂ ਮੰਨਿਆ, ਇਹ ਮਸੀਹ ਭਾਈਚਾਰਾ ਹੋਰ ਸੰਘਰਸ਼ ਤੇਜ਼ ਕਰੇਗਾ, ਸਰਕਾਰ ਸੜਕਾਂ ਜਾਏਗਾ ਤਾਂ ਕਿ ਕ੍ਰਿਸਚਨ ਇੰਸਟੀਚਿਊਟ ਨੂੰ ਅਸੀਂ ਬਚਾ ਸਕੀਏ। ਧੰਨਵਾਦ। ਰਮਸੀ ਕ੍ਰਿਸਚਨ ਪੀਸ ਕੌਂਸਲ ਦੇ ਜਨਰਲ ਸੈਕਟਰੀ, ਮੈਂ ਇਹਦੀ ਘੋਰ ਨਿੰਦਿਆ ਕਰਦਾ ਜੋ ਕ੍ਰਿਸਚਨ ਕਾਲਜ ਦੇ ਉੱਤੇ ਅਟੈਕ ਕੀਤਾ ਹੈ। ਅੱਜ ਅਸੀਂ ਡੀ ਸੀ ਸਾਹਿਬ ਨੂੰ ਵੀ ਓਵਰ ਰੈਂਡਰ ਦਿੱਤਾ ਹੈ, ਸਾਨੂੰ ਵਿਸ਼ਵਾਸ ਹੈ ਅਸੀਂ ਸਰਕਾਰਾਂ ਬਣਾਉਂਦੇ ਹਾਂ, ਸਰਕਾਰ ਸਾਡੇ ਨਾਲ ਆ, ਪ੍ਰਭੂ ਸਾਡੇ ਨਾਲ ਆ, ਸਾਨੂੰ ਪਤਾ ਵੀ ਸਾਨੂੰ ਪੂਰਾ ਇਨਸਾਫ਼ ਮਿਲੇਗਾ। ਅਸੀਂ ਆਪਣੇ ਮਸੀਹ ਭਾਈਚਾਰੇ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਵੀ ਜਿੱਥੇ ਜਿੱਥੇ ਨੇ, ਮੈਂ ਨਾਲ ਪਾਦਰੀ ਸਾਹਿਬ ਵੀ ਹਾਂ, ਪ੍ਰੇਅਰ ਵੀ ਕੀਤੀ ਜਾਵੇ ਔਰ ਜਿੱਥੇ ਏਕਤਾ ਦੀ ਯੂਨਿਟੀ ਦੀ ਜ਼ਰੂਰਤ ਆ, ਅਸੀਂ ਇਕੱਠੇ ਹੋ ਕੇ ਇਸ ਆਪਣੇ ਕਾਲਜ ਦੇ ਵਾਸਤੇ ਪੂਰਾ ਸੰਘਰਸ਼ ਵੀ ਕਰਾਂਗੇ। ਸੁੱਖ ਸਹੂਲਤਾਂ ਅਤੇ ਬਲਜੀਤ ਸਿੰਘ ਦੀ ਰਿਪੋਰਟ, ਪੰਜਾਬੀ ਐਕਟਿਵ ਟੀਵੀ, ਅੰਮ੍ਰਿਤਸਰ।